ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬਟਾਰੀ, ਤਹਿਸੀਲ ਬਾਬਾ ਕਾਲਾ ਸਾਹਿਬ ਅਤੇ ਜ਼ਿਲ੍ਹਾ ਅੰਮ੍ਰਿਤਸਰ, ਕਵਲ ਜੀ ਤੋਂ ਬਿਲਕੁਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ, ਦੋਵੇਂ ਸੂਈਆਂ ਸਵਾਈਆਂ ਵਾ, ਅਤੇ ਇੱਕ ਐਂਡ 'ਤੇ ਇੱਕ ਵੱਛੀ ਤੁਹਾਨੂੰ ਵਿਖਾਵਾਂਗੇ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਹੁਣ ਤਾਂ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਜੀ, ਸਭ ਠੀਕ ਠਾਕ? ਵਧੀਆ ਵਧੀਆ, ਤੁਸੀਂ ਦੱਸੋ। ਕਿਰਪਾ ਜੀ, ਮਹਾਰਾਜ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਦਇਆ ਵਾ ਜੀ। ਤੇ ਵੇਖ ਗਿਆ ਮਾਲ ਉਹਦੇ ਨਾਲ? ਹਾਂਜੀ, ਉਹ ਘੰਟੇ 'ਚ। ਅੱਛਾ, 24 ਘੰਟੇ 'ਚ ਵੇਗੀਆਂ। ਅੱਛਾ, ਚਾਰੇ ਦਿਨ 'ਚ ਹੁਣ 24 ਖੜੀਆਂ ਮਾਤਾ ਨੇ, ਬੰਦਿਆਂ ਨੇ ਤੇ, ਪਰ ਇੱਕ ਘਰ ਲੈ ਗਿਆ। ਠੀਕ ਹੈ ਜੀ, ਇੱਕੋ ਘਰ ਲੈ ਗਿਆ। ਚਲੋ ਮਹਾਰਾਜ ਕਿਰਪਾ ਕਰੇ, ਉਹਨੇ ਵੇਚਣ ਲਈ ਖੜੀਆਂ ਦਾ ਵੇਗੀਆਂ, 3 ਕਮੇਗੀਆਂ। ਠੀਕ ਹੈ ਜੀ, ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਕਵਲਜੀਤ ਸਿੰਘ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਕਾਲਾ ਸਾਹਿਬ, ਪਿੰਡ ਬਟਾਰੀ, ਖਲਚੀਆਂ ਤੋਂ 2 ਕਿਲੋਮੀਟਰ ਤੇ ਰਈਏ ਤੋਂ 3 ਕਿਲੋਮੀਟਰ। ਤੇ ਫੋਨ ਨੰਬਰ ਬੋਲ ਦੇ ਕਰੀ ਆਪਣਾ। ਫੋਨ ਆਪਣਾ 97798 14569। ਠੀਕ ਹੈ, ਫੋਨ ਆਪਣਾ ਜਿਹੜਾ ਇਹ ਪੁਰਾਣਾ ਨੰਬਰ ਚੱਲਣ ਡਿਆ, ਇਹ ਗਵਾਚ ਗਿਆ ਵਾ। ਅੱਛਾ, ਉਹ ਗਵਾਚ ਹੋਣ ਵਾਲਾ ਸੀ, ਇਹ ਨਵਾਂ ਨੰਬਰ ਆ। ਅੱਛਾ, ਇਹ ਹੁਣ ਨਵਾਂ ਨੰਬਰ ਆ ਜਿਹੜਾ। ਠੀਕ ਹੈ, ਤੇ ਆ ਜਿਹੜੀ ਆ ਸ਼ੁਰੂਆਤ ਤਾਜ਼ੀ ਸੂਈ ਤੋਂ ਕਰ ਲਈਏ, ਹਨਾ ਆਪਾਂ ਜੀ। ਕਿੰਨਵਾਂ ਸੂਆ ਸੂਈ ਵਿੱਧੀ ਹੈ? ਪਹਿਲਾਂ ਜੀ, ਪਹਿਲਾਂ ਹੀ ਸੂਆ ਸੂਈ ਹੈ ਜੀ। ਪਹਿਲਾਂ ਜੀ ਵੱਛੀ, ਮਗਰ ਵੱਛੀ ਵੀ ਠੀਕ ਹੈ ਜੀ, ਬਰੀਡ ਮਗਰ ਵੱਛੀ ਬੜੀ ਪਿਆਰੀ ਆ ਜਿਹੜੀ, ਆਹ ਦੇਖ ਸਕਦੇ, ਕਾਫੀ ਖੂਬਸੂਰਤ ਵੱਛੀ ਆ ਜਿਹੜੀ, ਮਗਰ ਵੱਛੀ ਮਗਰ ਚੰਗੇ ਟਿਕੇ ਦੀ ਆ। ਤੇ ਥਣ ਵੀ ਇਹਦੇ ਦੇਖ ਸਕਦੇ ਜੀ, ਲੱਗ ਗਿਆ ਠੰਡੀ ਧੀਰੀ ਆ ਜਿਹੜੀ ਪੂਰੀ, ਆਹ ਦੇਖ ਸਕਦੇ। ਬਾਕੀ ਹੈਗੀ ਵੀ ਕੰਪੈਕਟ ਜੇ ਹਵਾਨੇ ਦੀ ਆ। ਕਿੰਨੇ ਦਿਨ ਹੋਏ ਵੀਰ ਜੀ ਇਹਨੂੰ ਸੂਈ ਨੂੰ? ਸੱਤਵਾਂ ਦਿਨ ਆ ਜੀ। ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਹੁਣ ਜੀ? ਇਸ ਟਾਈਮ ਦਾ 9 ਲੀਟਰ ਭਾਵੇਂ 4 ਡਾਂਗੇ ਚੋਣ। ਅੱਛਾ, 9 ਲੀਟਰ ਹੈਗਾ ਵਾ ਮਿੰਟੇ ਜੀ, ਲੀਟਰ ਵਾਲਾ। ਕਿੰਨਾ ਕੁ ਚਵਾਈ ਜਾਊਗੀ? ਚਵਾਈ ਜਾਊਗੀ ਜੀ 13-14 ਚਵਾਊਗੀ। ਪਹਿਲਾਂ ਬਰੀਡ ਚੰਗੀ ਆ, ਨਸਲ ਆ, ਲਿਆ ਤੋਰ ਦੋ ਫਿਰ ਇਹਨੂੰ। ਮੁੱਠੀ ਬਾਦ ਬਹੁਤ ਸੋਹਣੀ ਆ, ਬਰੀਡ ਦੀ ਆ। ਠੀਕ ਹੈ ਜੀ, ਠੀਕ ਹੈ ਜੀ, ਲੈ ਜਾਓ ਜੀ। ਸੋਹਣੀ ਵੈੜ ਆ ਜਿਹੜੀ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਸੂਈ ਸਵਾਈ ਜੀ। ਸੂਈ ਸਵਾਈ ਜੀ 8 ਕਿਲੋ ਹੈਗਾ ਪੱਕਾ ਦੁੱਧ, ਭਾਵੇਂ 2 ਟਾਈਮ ਚੋਣ ਤੇ ਭਾਵੇਂ 4 ਟਾਈਮ ਚੋਣ। ਠੀਕ ਆ, ਉਹ ਵੱਛੀ ਜੇ ਦੀ ਉਹ ਮਹੀਨੇ ਅੰਦਰ ਗਈ ਜੇ, ਆਪਾਂ 1 ਮਹੀਨੇ ਦੀ ਕਵਾਂਗੇ। ਮਹੀਨੇ ਦੇ ਲੱਗੇ ਜਿਹੜਾ ਬੱਚਾ ਹੈਗਾ, ਮਹੀਨੇ ਲੱਗੇ ਬੱਚਾ, ਉਹ ਵੱਛੀ ਆ ਮਨ ਆ ਜੀ ਬੱਚਾ। ਠੀਕ ਹੈ ਜੀ, ਲਿਆ ਖੋਲੋ ਹਾਂ ਫਿਰ ਤੋਰ ਦਈਏ। ਬਾਕੀ ਸਾਡੀ ਹਰ ਕਿਸੇ ਵੀਡੀਓ 'ਚ ਇਹੀ ਬੇਨਤੀ ਹੁੰਦੀ ਹੈ ਕਿ ਆਪਣੀ ਜਿਹੜੀਆਂ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜਿਆ ਕਰੋ, ਕਿਉਂਕਿ ਅਸੀਂ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ, ਚਵਾਈ ਜਿਹੜੀ ਤੁਸੀਂ ਆਪ ਕਰਕੇ ਖੜਨੀ। ਲੈ ਜਾਓ ਵੀਰ ਜੀ, ਮੌਕੇ 'ਤੇ ਇਹਦੇ ਕੋਲ 8 ਕਿਲੋ ਦੁੱਧ ਦੱਸਦੇ, ਅਤੇ ਮਹੀਨੇ ਦਾ ਜਿਹੜਾ ਸੂਈ ਨਾ ਹੋ ਗਿਆ ਮਹੀਨੇ ਤੋਂ ਉੱਪਰ ਹੀ। ਬਾਕੀ ਕੋਈ ਵੀਰ ਆਪਣੀ ਸਮਝਣਾ, ਆਪਣੀ ਬੇਸ 'ਚ ਆ ਕੇ ਫਿਰ ਹੀ ਖੜੇ ਜੀ। ਹੈਲੋ,
ਤੇ ਇਹ ਕਿੰਨੇ ਦੀ ਦੇਣੀ ਵੀਰ ਜੀ ਫਿਰ ਆਪਾਂ? ਚਵਾ ਕੇ ਦੋਗੇ 8 ਕਿਲੋ? ਬਾਕੀ ਆ ਕਿ ਅਗਲਾ ਵੀਰ ਵੀ ਕੋਈ ਚੋ ਕੇ ਖੜੇ ਹਨਾ, ਹਾਂਜੀ ਕਿਉਂ ਆਪਣੀ ਤਸੱਲੀ ਕਰਕੇ ਖੜੇਗਾ, ਮੁੜ ਕੇ ਵਿੱਚ ਬਾਅਦ ਵਿੱਚ ਲਾਮਾ ਵਾਲਾ ਕੰਮ ਔਖਾ ਹੁੰਦਾ। ਠੀਕ ਹੈ ਜੀ, ਆਪਣੀ ਤਸੱਲੀ ਕਰਨਾ ਇੱਥੇ। ਤੁਹਾਡੇ ਘਰੇ ਕੋਈ 2 ਟਾਈਮ ਚੋਲੇ 3 ਟਾਈਮ ਚੋਲੇ ਹਨਾ? ਚੋਵੇ 3 ਟਾਈਮ ਚੋਵੇ, ਤਸੱਲੀ ਕਰਕੇ ਖੜੇ, ਸਾਡੇ ਘਰ ਆ ਨਹੀਂ ਤਾਂ ਆਪਦੀ ਸਾਈਜ਼ ਆ ਜੀ। ਤਸੱਲੀ ਹੋਵੇ ਤੇ ਖੋਲ ਕੇ ਲੈ ਜੇ, ਨਹੀਂ ਤੇ ਰਹਿਣ ਦੇ, ਨਹੀਂ ਇੱਥੇ ਬੱਜੀ ਰਹਿਣ ਦੇ। ਠੀਕ ਹੈ ਜੀ, ਤੇ ਹੁਣ ਇੱਕ ਆ ਵੱਛੀ ਆ ਜਿਹੜੀ, ਇਹ ਮੁੰਡਾ ਲੱਗ ਗਿਆ ਨੌਕਰੀ ਤੇ। ਅੱਛਾ, ਉਹਦੇ ਬੱਚੇ ਛੋਟੇ ਛੋਟੇ ਜੋ ਪੱਠੇ ਨਹੀਂ ਪੈਂਦੇ ਘਰ ਦੀ ਕੋਲ। ਠੀਕ ਆ, ਉਹਨਾਂ ਗਾਂ ਵੇਚ ਲਈ ਤੇ ਅੰਦਾ ਵੀ 1.5 ਮਹੀਨਾ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਵਾ ਗਾੜੀ। ਅੱਛਾ, ਪਾਸ ਦੀ ਕੋਈ ਗਰੰਟੀ ਨਹੀਂ। ਠੀਕ ਆ ਜੀ, ਤੇ ਕੋਈ ਵੀਰ ਭਰਾ ਚਾਹ ਬੰਦ ਹੋਵੇ ਤੇ ਲੈ ਸਕਦਾ। ਅੱਛਾ ਹਾਂਜੀ, ਕੋਈ ਪੈਸੇ ਪੂਸੇ ਦੇ ਗਿਆ ਉਤਰਾ ਹੀ? ਹਜ਼ਾਰ ਕਿਤੇ ਦੇਵਾਂਗੇ ਨਾ ਬਾਕੀ ਜਿਹੜਾ ਕੋਈ ਪਾਲ ਸਕਦਾ ਵਾ ਤੇ ਉਹ ਵੇਖ ਲੇ ਤੇ ਠੀਕ ਹੈ ਵੀਰ ਜੀ। ਹੋਰ ਕੁਛ ਕਹਿਣਾ ਫਿਰ? ਕਿਰਪਾ ਮਹਾਰਾਜ ਜੀ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਫਿਰ ਹੀ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।